ਲੁਧਿਆਣਾ ਵਿੱਚ ਸੈਂਕੜੋ ਜੋਮੈਟੋ ਕਰਮੀਆਂ ਨੇ ਅੱਜ ਉਸ ਵੇਲੇ ਧਰਨਾ ਲਗਾ ਦਿੱਤਾ ਜਦੋਂ ਕੰਪਨੀ ਵੱਲੋਂ ਉਹਨਾਂ ਨੂੰ ਇਹ ਸੁਨੇਹਾ ਆਇਆ ਕਿ ਉਹਨਾਂ ਨੂੰ ਗੇੜੇ ਦੇ ਹਿਸਾਬ ਨਾਲ ਦਿੱਤੇ ਜਾਣ ਵਾਲੇ ਪੈਸਿਆਂ 'ਚ ਕਟੌਤੀ ਕੀਤੀ ਜਾ ਰਹੀ ਹੈ, ਜਿਸ ਦੇ ਰੋਹ 'ਚ ਆ ਕੇ ਸੈਂਕੜਾ ਦੀ ਤਾਦਾਦ 'ਚ ਜੋਮੈਟੋ ਕਰਮੀਆਂ ਨੇ ਦਾਣਾ ਮੰਡੀ ਵਿਖੇ ਧਰਨਾ ਲਗਾ ਦਿੱਤਾ। ਸਾਡੀਆਂ ਮੰਗਾਂ ਆ ਬਾਈ, ਜਦੋਂ ਲੁਧਿਆਣਾ 'ਚ ਕੰਪਨੀ ਜੋਮੈਟੋ ਐਂਟਰ ਹੋਈ ਸੀਗੀ ਉਦੋਂ ਸਾਨੂੰ 60 ਰੁਪਏ ਰਾਈਡ ਮਿਲਦੀ ਸੀ, ਅੱਜ ਇਹਨਾਂ ਨੇ ਰੇਟ ਘਟਾ ਘਟਾ ਕੇ 30 ਤੋਂ 25 ਦੇ 25 ਤੋਂ 20 ਦੇ ਲਿਆਂਦਾ ਵਾ ਸਾਨੂੰ, ਅਤੇ ਸਾਡੇ ਹੁਣ ਸਾਡੇ ਆਪਣੀ ਮਨਮਾਨੀ ਕਰੀ ਜਾਂਦੀ ਹੈ ਕੰਪਨੀ, ਜਿਹਦੇ ਵਿੱਚ ਸਾਡਾ 100% ਤੋਂ 200% ਸਾਡਾ ਲੋਸ ਜਾ ਰਿਹਾ। ਅਸੀਂ ਸਵੇਰੇ 8 ਵਜੇ ਉੱਠ ਕੇ ਆਏ ਹਾਂ, ਸਾਰੇ ਕੰਮ ਕਾਰ ਆਪਣਾ ਘਰ ਦਾ ਸਾਰਾ ਪਰਿਵਾਰ ਜੋ ਰਿਸ਼ਤੇਦਾਰੀਆਂ ਛੱਡ ਕੇ ਇਸ ਕੰਮ ਦੇ ਵਿੱਚ ਆਏ ਨੇ, ਪਰ ਸਾਨੂੰ ਸਾਡਾ ਹੱਕ ਨਹੀਂ ਮਿਲਦਾ। ਅਤੇ ਅਸੀਂ ਇੱਕ ਸਾਡੇ ਲੁਧਿਆਣੇ ਸ਼ਹਿਰ 'ਚ ਇੱਕ ਭਿਖਾਰੀ ਵੀ ਭੀਖ ਮੰਗਦਾ ਨਾ, ਤਾਂ ਸਾਡੇ ਵਰਗਾ ਵੀ ਬੰਦਾ ਨੂੰ 10 ਰੁਪਏ ਕੱਢ ਕੇ ਦੇ ਦਿੰਦਾ, ਸਾਨੂੰ ਰੇਟਿੰਗ ਇੱਕ ਭੀਖ ਦੇ ਬਰਾਬਰ ਸਮਝ ਨਹੀਂ ਪੈਂਦੀ ਆ। ਕਸਟਮਰ ਤੋਂ ਮੰਗੋ, ਕਸਟਮਰ ਹੱਸ ਕੇ ਕੰਮ ਸਾਰ ਦਿੰਦਾ, ਅਤੇ ਸਾਨੂੰ ਅੱਜ ਸਾਡੀ ਮੰਗ ਇਹ ਆ, ਸਾਡਾ ਇੱਕ ਤਾਂ ਜਿਹੜਾ 30 ਰੁਪਏ ਵਾਲਾ ਗੇੜਾ ਸੀ ਚੱਲ ਰਿਹਾ ਸੀ, 10 ਰੁਪਏ ਰੇਟਿੰਗ ਪਲੱਸ 40 ਮਿਲਦੇ ਸੀ, ਅੱਜ ਸਾਡਾ ਗੇੜਾ 40 ਰੁਪਏ ਹੀ ਹੋਣਾ ਚਾਹੀਦਾ ਵਾ, ਅਤੇ ਸਾਨੂੰ ਨਾ ਕੋਈ ਮੋਬਾਈਲ ਦਾ ਖਰਚਾ। ਸਾਡੀ ਬਾਈਕ ਦੇ ਲੋਕਾਂ ਦੀ 3-3 ਮਹੀਨੇ ਦੀ ਸਰਵਿਸ ਹੁੰਦੀ, ਸਾਡੀ 10 ਦਿਨ ਬਾਅਦ ਸਰਵਿਸ ਹੁੰਦੀ, ਕੋਈ ਟਾਇਰ ਪਾੜ ਗਿਆ, ਟਿਊਬ ਪੜਿਆ, ਸਾਨੂੰ ਕੋਈ ਕਿਸੇ ਤਰ੍ਹਾਂ ਦੀ ਵੀ ਕਲੇਮ ਨਹੀਂ, ਠੀਕ ਹੈ। ਉਹਦੇ ਵਿੱਚ ਸਾਨੂੰ ਕੋਈ ਮੈਡੀਕਲ ਕਲੇਮ ਨਹੀਂ। ਇੱਕ ਰਾਹੋਂ ਰੋਡ ਸ਼ਹਿਰ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ, ਪਾਣੀ ਦਾ ਨਰਕ ਬਣਿਆ, ਕਹਿੰਦੇ ਦੂਜਾ ਨਰਕ, ਜਿਹਨੇ ਨਹੀਂ ਦੇਖਿਆ ਉਹ ਰਾਹੋਂ ਰੋਡ ਚਲ ਜਾਵੇ, ਉਹ ਨਰਕ ਇਹੋ ਜਿਹਾ, ਮਾੜਾ ਜਿਹਾ ਪਾਣੀ ਪੈਂਦਾ, ਸਾਨੂੰ ਘਰੇ ਜਾ ਕੇ ਡਿਟੋਲ ਨਾਲ ਪੈਰ ਧੋਣੇ ਪੈਂਦੇ। ਅਸੀਂ ਦਿਨ 'ਚ 4-4 ਵਾਰੀ ਘੜੇ ਗੇੜੇ ਮਾਰਦੇ ਹਾਂ, ਫਿਰ ਡਿਟੋਲ ਨਾਲ ਪੈਰ ਧੋ ਕੇ ਬਿਮਾਰੀਆਂ ਨਾਲ ਲੜ ਲੜ ਕੇ ਕੰਮ ਕਰਦੇ ਹਾਂ, ਅਤੇ ਕੰਪਨੀ ਉੱਪਰ ਬੈਠੀ ਹੋਈ ਆ, ਉਹ ਆਪਣੇ ਮਜ਼ੇ ਲੈ ਰਹੀ ਹੈ। TL ਆਉਂਦਾ, TL ਵਾਲਿਆਂ ਨੂੰ ਤਾਂ ਪਤਾ ਹੀ ਨਹੀਂ ਕਿ ਬੰਦਿਆਂ ਦੀ ਸਾਡੇ ਤੋਂ ਥਰੂ ਪੈਸਾ ਕਮਾਇਆ ਜਾ ਰਿਹਾ। ਜਿਹੜੇ 2-2 ਲੱਖ ਰੁਪਏ ਤਨਖਾਹਾਂ ਲਿੱਤੀਆਂ ਜਾ ਰਹੀਆਂ ਸਟਾਫ ਦੀਆਂ, ਉਹ ਸਾਡੇ ਡੰਡਾ ਦੇ ਕੇ ਲਿੱਤੀਆਂ ਜਾ ਰਹੀਆਂ, ਕੋਈ ਹੋਰ ਕੋਈ ਐਸਾ ਸਾਡੇ ਕੋਲ ਕਮਾਈ ਕੀਤੀ ਜਾਂਦੀ ਆ, ਅਤੇ ਸਾਨੂੰ ਹੀ ਸਾਡੀਆਂ ਹੋਰ ਰੇਟ ਘਟਾਏ ਜਾ ਰਹੇ ਆ। ਕੱਲ੍ਹ TL ਆਇਆ ਸਾਡੇ ਕੋਲ, ਅਤੇ ਅਸੀਂ ਉਹਨਾਂ ਨੂੰ ਕਿਹਾ ਕਿ ਸਾਡੇ ਰੇਟ ਕਿਉਂ ਘਟਾਏ, ਅਸੀਂ ਐਗਰੀ ਨਹੀਂ ਹੈਗੇ, ਅਤੇ ਅਸੀਂ ਉਹਨਾਂ ਨੂੰ ਇਹ ਕੁਐਸਚਨ ਕੀਤਾ ਕਿ ਜੇ ਤੁਹਾਡੀ ਸੈਲਰੀ 30,000 ਹੈ ਅਤੇ ਤੁਹਾਨੂੰ 2-3 ਮਹੀਨੇ ਬਾਅਦ 20,000 ਦਿੱਤੀ ਜਾਵੇ, ਤਾਂ ਤੁਹਾਡੀ ਕੀ ਫੀਲਿੰਗ ਹੋਊਗੀ? ਇੱਕ 8 ਘੰਟੇ 10 ਘੰਟੇ ਮਜ਼ਦੂਰ ਵੀ, ਜਿਹੜਾ ਪ੍ਰਵਾਸੀ ਮਜ਼ਦੂਰ ਸਾਡੇ ਸ਼ਹਿਰ ਜਾ ਕੇ ਕੰਮ ਕਰਦਾ, ਉਹ ਵੀ ਟੋਰ ਨਾਲ 500-600 ਰੁਪਏ ਦਿਹਾੜੀ ਲੱਗ ਜਾਂਦਾ ਅਤੇ ਇੱਜ਼ਤ ਨਾਲ ਜਾਂਦਾ, ਸਾਡੀ ਲੇਬਰ ਨਾਲੋਂ ਵੀ ਮਾੜੀ ਹਾਲਤ ਹੋਈ ਪਈ ਆ। ਅਤੇ ਅਸੀਂ ਜੋਮੈਟੋ ਕੰਪਨੀ ਦੇ ਅਗੇਂਸਟ ਨਹੀਂ ਹਾਂ, ਸਾਨੂੰ ਸਿਰਫ ਸਾਡਾ ਹੱਕ ਚਾਹੀਦਾ। ਅਸੀਂ ਇੱਕ ਬੰਦਾ ਜਿਹੜਾ 10,000 ਦੀ ਨੌਕਰੀ ਕਰਦਾ, ਉਹ ਵੀ ਸਾਲ ਬਾਅਦ ਇਹ ਸੋਚਦਾ ਕਿ ਯਾਰ ਮੇਰੀ ਤਨਖਾਹ 11,000 ਹੋ ਜਾਏਗੀ, ਪਰ ਅਸੀਂ ਜੋਮੈਟੋ ਦੇ ਰਾਈਡਰ ਇਹੋ ਜਿਹੇ ਹੈਗੇ ਹਾਂ ਕਿ ਜਿਨ੍ਹਾਂ ਨੂੰ ਇਹ ਡਰ ਪਿਆ ਰਹਿੰਦਾ ਕਿ ਅੱਜ 10,000 ਰੁਪਇਆ ਕਮਾ ਰਹੇ ਹਾਂ ਨਾ, ਪਤਾ ਨਹੀਂ ਅਗਲੇ ਮਹੀਨੇ 9,000 ਕਦੋਂ ਹੋ ਜਾਣਾ। ਜਾਗਰਤੀ ਲੈਣ ਲਈ ਲੁਧਿਆਣਾ ਤੋਂ ਸੁਰਿੰਦਰ ਅਰੋੜਾ, ਸੋਨੀ ਦੀ ਰਿਪੋਰਟ।